ਸਾਹਿਬ ਜਿਹੜੀ ਅੱਜ ਦੀ ਪਰਚੇਜ ਆ ਪਹਿਲਾਂ ਤਾਂ 1 ਤਰੀਕ ਨੂੰ ਸ਼ੁਰੂ ਹੋਣੀ ਸੀ ਅੱਜ ਹੋਈ ਇਹਦੇ ਬਾਰੇ ਤੁਸੀਂ ਕੀ ਕਹਿੰਗੇ ਹੋ ਕੇਂਦਰ ਦੀ ਸਰਕਾਰ ਨੇ ਪਹਿਲਾਂ ਹੀ ਲੇਟ ਕੀਤਾ ਸੀ ਜਿਹੜਾ ਬੜਾ ਮੰਦਭਾਗਾ ਫੈਸਲਾ ਸੀ 3 ਤਰੀਕ ਸ਼ਾਮ ਨੂੰ ਕੇਂਦਰ ਦੀ ਸਰਕਾਰ ਨੇ ਕੀਤਾ ਉਹ ਕਿਸਾਨਾਂ ਦੇ ਸਾਰਿਆਂ ਦੇ ਰੋਹ ਅਤੇ ਸਾਡੇ CM ਸਾਹਿਬ ਚੰਨੀ ਜੀ ਦੇ ਟਾਈਮਲੀ ਇੰਟਰਵੈਂਸ਼ਨ ਨਾਲ ਹਾਈਐਸਟ ਲੈਵਲ ਦੇ PM ਸਾਹਿਬ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਫੈਸਲਾ ਬਦਲਵਾਇਆ ਅਤੇ ਅੱਜ ਤੋਂ ਖਰੀਦ ਸ਼ੁਰੂ ਕਰਵਾਈ ਹੈ ਅਸੀਂ ਸਾਰੇ ਬੰਦਿਆਂ ਦਾ ਬੜੇ ਧੰਨਵਾਦੀ ਹਾਂ ਜਿੱਥੇ ਐਪਰੀਸ਼ੀਏਟ ਕਰਦੇ ਹਾਂ ਚੰਨੀ ਸਾਹਿਬ ਦੇ ਮਿਹਨਤ ਨੂੰ ਉੱਥੇ ਧੰਨਵਾਦ ਕਰਦੇ ਹਾਂ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਛੇਤੀ ਤੋਂ ਛੇਤੀ ਆਪਣਾ ਫੈਸਲਾ ਬਦਲਿਆ ਦੂਸਰਾ ਅੱਜ ਰਸਮੀ ਸ਼ੁਰੂਆਤ ਕਰਨ ਇੱਥੇ ਖੰਨਾ ਮੰਡੀ ਆਏ ਹਾਂ ਕਿਉਂਕਿ ਰਵਾਇਤੀ ਤੌਰ 'ਤੇ ਹੀ ਖੰਨਾ ਮੰਡੀ ਵੱਡੀ ਮੰਡੀ ਹੈ ਇਹਦੇ ਤੋਂ ਹੀ ਖਰੀਦ ਦੀ ਸ਼ੁਰੂਆਤ ਹੁੰਦੀ ਹੈ ਅੱਜ ਸ਼ੁਰੂਆਤ ਕਰੀ ਹੈ ਪਰ ਸਾਡੇ ਸਾਰੇ ਮੰਤਰੀ ਸਾਹਿਬਾਨ MLA ਸਾਹਿਬਾਨ ਹੁਣ ਤੋਂ ਬਾਅਦ ਅੱਡ ਅੱਡ ਮੰਡੀਆਂ ਤੋਂ ਇਹਦੀ ਸ਼ੁਰੂਆਤ ਕਰ ਦੇਣਗੇ ਅਤੇ ਜਿੱਦਾਂ ਅੱਜ ਸ਼ੁਰੂਆਤ ਹੋਈ ਹੈ ਮੈਂ ਯਕੀਨ ਦਿਲਵਾਉਣਾ ਸਾਰੇ ਕਿਸਾਨ ਭਰਾਵਾਂ ਨੂੰ ਆਪਣੇ ਆੜ੍ਹਤੀ ਭਰਾਵਾਂ ਨੂੰ ਕਿਸਾਨਾਂ ਦਾ ਉਹਨਾਂ ਦੀ ਮਿਹਨਤ ਦਾ ਜਿਹੜੇ 6 ਮਹੀਨੇ ਉਹਨਾਂ ਨੇ ਬੜੇ ਪੁੱਤਾਂ ਵਾਂਗੂ ਪਾਲੀ ਫਸਲ ਉਹਨਾਂ ਦੇ ਜਿਹੜੀ ਪਸੀਨੇ ਦੀ ਕਮਾਈ ਹੈ ਉਹਨਾਂ ਦਾ ਇੱਕ ਇੱਕ ਦਾਣਾ ਪ੍ਰਕਿਓਰ ਕੀਤਾ ਜਾਏਗਾ ਉਸ ਫਸਲ ਦੀ ਵਾਜਬ ਕੀਮਤ ਜੋ ਬਣਦੀ ਕੀਮਤ ਹੈ ਉਹਨਾਂ ਨੂੰ 48 ਘੰਟੇ ਦੇ ਅੰਦਰ ਅਦਾ ਕੀਤੀ ਜਾਏਗੀ ਨਾ ਕਿਸੇ ਆੜ੍ਹਤੀ ਨੂੰ ਤਕਲੀਫ ਆਉਣ ਦੇਵਾਂਗੇ ਸਾਡਾ ਟਰਾਂਸਪੋਰਟੇਸ਼ਨ ਸਿਸਟਮ ਸਾਡੇ ਪੱਲੇਦਾਰ ਸਾਰੇ ਇੰਟੈਕਟ ਹੈ ਜਿਹੜੇ ਸ਼ੈਲਰਸ ਨੇ ਉਹ ਨਾਲ ਅਲੋਟ ਹੋ ਚੁੱਕੇ ਨੇ ਮੰਡੀਆਂ ਦੀ ਲਿੰਕੇਜ ਪੂਰੀ ਹੋ ਚੁੱਕੀ ਹੈ ਸਾਡੀਆਂ ਸਾਰੀਆਂ ਜਿਹੜੀਆਂ ਪ੍ਰਕਿਓਰਿੰਗ ਏਜੰਸੀਜ਼ ਨੇ ਉਹਨਾਂ ਦਾ ਸਟਾਫ ਇੰਟੈਕਟ ਹੈ ਮੰਡੀ ਬੋਰਡ ਦੇ ਅਧਿਕਾਰੀ ਸਾਡੇ ਤਿਆਰ ਖੜ੍ਹੇ ਆ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇ ਜਿੱਥੇ ਕਿਤੇ ਕੋਈ ਪਤਾ ਲੱਗੇਗਾ ਫਸਲ ਜ਼ਿਆਦਾ ਆ ਰਹੀ ਹੈ ਕੋਈ ਗਲੱਟ ਆਉਣ ਦਾ ਖਤਰਾ ਅਸੀਂ ਨਾਲ ਦੀ ਨਾਲ ਟੈਂਪਰੇਰੀ ਮੰਡੀਆਂ ਹੋਰ ਕ੍ਰੀਏਟ ਕਰ ਦੇਵਾਂਗੇ ਅਤੇ ਉੱਥੇ ਫਸਲ ਪ੍ਰਕਿਓਰ ਕਰ ਲਾਂਗੇ ਕਿਸੇ ਵੀ ਕਿਸਾਨ ਨੂੰ ਰੋਲਣ ਨਹੀਂ ਦਿੱਤਾ ਜਾਏਗਾ ਮਤਲਬ ਜਿਹੜੀ ਬਾਹਰੋਂ ਫਸਲ ਆ ਜਾਂਦੀ ਹੈ ਕਈ ਵਾਰ ਜਿਵੇਂ ਪਿਛਲੇ ਸੀਜ਼ਨ 'ਚ ਵੀ ਗੱਡੀਆਂ ਫੜੀਆਂ ਨੇ ਉਹਨਾਂ ਲਈ ਕਿਹੜੇ ਕਿਵੇਂ ਦੇ ਪ੍ਰਬੰਧ ਕੀਤੇ ਸਾਡੀ ਇਸ ਵਾਰ ਬੜੇ ਪੁਖਤਾ ਪ੍ਰਬੰਧ ਕੀਤੇ ਹੋਏ ਸਾਰੇ SSPs ਨੂੰ ਆਪ ਹੁਕਮ ਦਿੱਤਾ ਹੋਇਆ ਵੀ ਆਪ ਉਹ ਚੈੱਕ ਕਰਨਗੇ ਪਿਛਲੇ 10 ਦਿਨਾਂ ਤੋਂ ਸਾਡੀ ਛਾਪੇਮਾਰੀ ਜਾਰੀ ਆ ਅਸੀਂ ਤਕਰੀਬਨ 7-8 ਜਗ੍ਹਾ 'ਤੇ ਫੜ ਵੀ ਚੁੱਕੇ ਹਾਂ ਜਿੱਥੇ ਸ਼ੈਲਰ ਪ੍ਰਿੰਸਿਸ 'ਚੋਂ ਮਾਲ ਫੜਿਆ ਗਿਆ ਉਹਨਾਂ ਨੂੰ ਬਲੈਕਲਿਸਟ ਕੀਤਾ ਗਿਆ ਜਿੱਥੇ ਕਿਸੇ ਟ੍ਰੇਡਰ ਨੇ ਪਕੜਿਆ ਉਹਨਾਂ 'ਤੇ FIRਾਂ ਦਰਜ ਕੀਤੀਆਂ ਅਤੇ ਅੱਜ ਗ੍ਰਿਫਤਾਰੀਆਂ ਵੀ ਹੋ ਰਹੀਆਂ ਅਤੇ ਉਹਨਾਂ ਦੀ ਜਿਹੜੀ ਚੇਨ ਹੈ ਜਿਹੜੇ ਬ੍ਰੋਕਰ ਨੇ ਲਿਆਂਦੇ ਆ ਅਸੀਂ ਉਹਨਾਂ ਨੂੰ ਵੀ ਬੁੱਕ ਕਰਾਂਗੇ ਅਤੇ ਜੇਲ੍ਹਾਂ ਦੇ ਅੰਦਰ ਪਾਵਾਂਗੇ ਪਰ ਪੰਜਾਬ ਦੇ ਅਕਸ ਨੂੰ ਪੰਜਾਬ ਨੂੰ ਇਸ ਗੱਲੋਂ ਬਦਨਾਮੀ ਨਹੀਂ ਲੈਣ ਦਿੱਤੀ ਜਾਏਗੀ ਵੀ ਇੱਥੇ ਬੋਗਸ ਬਿਲਿੰਗ ਹੁੰਦੀ ਕੈਪਟਨ ਸਾਹਿਬ ਜਿਹੜੀ ਆਪਣੀ ਲੰਮੀ ਪਾਰਟੀ ਬਣਾਉਣ ਦੀ ਗੱਲ ਕਹਿ ਰਹੇ ਨੇ ਉਹਦੇ ਬਾਰੇ ਤੁਸੀਂ ਕੀ ਦੇਖਦੇ ਹੋ ਜੀ ਕੀ ਮੈਨੂੰ ਲੱਗਦਾ ਨਹੀਂ ਇਹ ਸਾਰੀਆਂ ਜਿਹੜੀਆਂ ਕਿਆਸ ਰਹੀਆਂ ਮੀਡੀਆ ਤੱਕ ਹੀ ਸੀਮਤ ਰਹਿ ਜਾਣਗੀਆਂ ਕੈਪਟਨ ਸਾਹਿਬ ਨੂੰ ਕਾਂਗਰਸ ਪਾਰਟੀ ਨੇ ਬਹੁਤ ਕੁਝ ਦਿੱਤਾ ਅਤੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਬਹੁਤ ਕੁਝ ਦਿੱਤਾ ਦੋਨਾਂ ਇੱਕ ਦੂਸਰੇ ਦੇ ਪੂਰਕ ਨੇ ਉਹ ਕਾਂਗਰਸ ਪਾਰਟੀ 'ਚ ਹੀ ਰਹਿਣਗੇ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਜਿਹੜਾ ਉਹਨਾਂ ਵਾਲਾ ਸੀਗਾ ਮਸਲਾ ਜੀ ਉਹ ਕਦ ਤੱਕ ਹੱਲ ਹੋ ਨਿਬੜ ਚੁੱਕਾ ਖੰਨਾ ਤੋਂ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।